ਰਾਜੀ ਦੇ ਘਰ ਜਮਣਾ ਜਾਂ ਅਰੰਕ ਦੇ ਘਰ ਜਮਣਾ ਕਾਲੇ ਦੇ ਘਰ ਜਮਣਾ ਜਾਂ ਗੋਰੇ ਦੇ ਘਰ ਜਮਣਾ ਇੰਗਲੈਂਡ ਵਿੱਚ ਜਮਣਾ ਜਾਂ ਜਾਪਾਨ ਦੇ ਵਿੱਚ ਜਮਣਾ ਇਹ ਸਭ ਉਸ ਦਾ ਪਾਣਾ ਹੈ ਹੁਕਮ ਜਮਣਾ ਹੈ ਜਮਣਾ ਕਿੱਥੇ ਹੈ ਕਿਵੇਂ ਹੈ ਜੈਲੀ ਦੇ ਰਾਈਂ ਅੰਡੇ ਦੇ ਰਾਈਂ ਕਿਸ ਰਸਤੇ ਮਾਣਾ ਇਹ ਉਸ ਦਾ ਹੁਕਮ ਇਹ ਉਸ ਦਾ ਪਾਣਾ ਹੈ ਇਸ ਤਰ੍ਹਾਂ ਹੀ ਮਰਨਾ ਉਸ ਦਾ ਹੁਕਮ ਹੈ ਲੇਕਿਨ ਮਰਨਾ ਕਿਵੇਂ ਹੈ ਇਹ ਉਸ ਦਾ ਪਾਣਾ ਹੈ ਬਲੱਡ ਪ੍ਰੈਸ਼ਰ ਦੇ ਨਾਲ ਮਰਨਾ ਰਸਤੇ ਉੱਪਰ ਸੜਕ ਤੇ ਜਾਂਦੇ ਆ ਐਕਸੀਡੈਂਟ ਦੇ ਨਾਲ ਹਾਦਸੇ ਦੇ ਨਾਲ ਮਰਨਾ ਹੈ ਕਿ ਆ ਜਾਣਾ ਕਿ ਮਰेंगे ਇਹ ਉਸ ਉਹੀ ਜਾਣਦਾ ਜਿਸ ਦਾ ਪਾਣਾ ਵਰਤ ਰਿਹਾ ਕਿਸੇ ਦੁਸ਼ਮਣ ਨੇ ਗੋਲੀ ਮਾਰ ਦੇਣੀ ਹੈ ਤਾਂ ਮਰਨਾ ਹੈ ਹਾਰਟ ਫੇਲ ਹੋ ਜਾਣਾ ਤਾਂ ਮਰਨਾ ਹੈ ਆਪਣੀ ਜ਼ਿੰਦਗੀ ਭੋਗ ਕੇ ਮਰਨਾ ਮਰਨਾ ਜ਼ਰੂਰ ਹੈ ਉਹਦਾ ਹੁਕਮ ਹੈ ਲੇਕਿਨ ਕਿਵੇਂ ਮਰਨਾ ਹੈ ਉਸ ਦਾ ਪਾਣਾ ਇਸੇ ਕਰਕੇ ਸਤਿਗੁਰ ਨੇ ਕਿਹਾ ਕਿ ਸਾਰੀ ਹੀ ਜੀਵ ਉਸ ਦੇ ਹੁਕਮ ਦੇ ਵਿੱਚ ਨੇ ਹੁਕਮ ਦੇ ਵਿੱਚ ਹੀ ਇਹ ਜਗਤ ਜੰਮ ਰਿਹਾ ਹੁਕਮ ਦੇ ਵਿੱਚ ਹੀ ਇਹ ਜਗਤ ਮਰ ਰਿਹਾ ਲੇਕਿਨ ਫਿਰ ਉਹਦਾ ਪਾਣਾ ਵਰਤ ਰਿਹਾ ਕਿੱਥੇ ਕਿਸ ਨੇ ਕਦੋਂ ਜੰਮਣਾ ਹੈ ਕਿੱਥੇ ਕਿਸ ਨੇ ਕਦੋਂ ਮਰਨਾ ਹੈ ਪਰ ਜੀਵ ਨਾਮ ਭੁਲਾ ਕੇ ਇਸ ਸੰਸਾਰ ਦੇ ਸੰਸਾਰਕ ਮੋਹ ਦੇ ਵਿੱਚ ਜ਼ਹਿਰ ਰੂਪੀ ਭਾਰ ਆਪਣੇ ਸਿਰ ਉੱਪਰ ਇਕੱਠਾ ਕਰ ਰਿਹਾ ਔਰ ਇਸ ਗੱਲ ਦੀ ਉਸ ਨੂੰ ਸਮਝ ਨਹੀਂ ਲੱਗ ਰਹੀ ਆਇਆ ਹੁਕਮ ਦੇ ਮਤਾਬਕ ਹੈ ਲੇਕਿਨ ਹੁਕਮ ਹੀ ਉਸ ਨੂੰ ਸਮਝ ਨਹੀਂ ਲੱਗ ਰਿਹਾ ਇਤਰਾਸ ਦੀ ਹੈ ਅਕਾਲਪੁਰਖ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਸਾਥੀ ਹੋਰ ਕੋਈ ਵੀ ਮਿੱਤਰ ਉਸਦਾ ਉਸ ਰਸਤੇ ਉੱਪਰ ਉਸ ਦੇ ਨਾਲ ਨਹੀਂ ਜਾ ਸਕਦਾ ਜਿਸ ਰਸਤੇ ਉੱਪਰ ਆਖਰ ਮੁਲਕ ਨੇ ਜਾਣਾ ਹੈ ਔਰ ਉਹ ਰਸਤਾ ਕਿਸ ਤਰ੍ਹਾਂ ਦਾ ਹੈ ਭੀੜਾ ਹੈ ਹਨੇਰੇ ਵਾਲਾ ਹੈ ਕੋਈ ਨਹੀਂ ਜਾਣਦਾਰ ਲੇਕਿਨ ਆਤਮਕ ਪੱਖੋਂ ਸਤਗੁਰਾਂ ਨੇ ਇਸ਼ਾਰੇ ਜ਼ਰੂਰ ਕੀਤੇ ਨੇ ਹੁਕਮ ਕੀਏ ਮਨ ਭਾਮ ਦੇ ਰਾਹੀੜੇ ਅੱਗੇ ਜਾਉਣਾ ਹੁਣ ਇਹਦਾ ਮਤਲਬ ਹੈ ਪੀੜਾ ਰਸਤਾ ਪੀੜਾ ਭਰਿਆ ਰਸਤਾ ਨਹੀਂ ਹੈ ਜਾਂ ਪੀੜਾ ਰਸਤਾ ਦਾ ਮਤਲਬ ਬਹੁਤ ਛੋਟਾ ਰਸਤਾ ਨਹੀਂ ਹੈ ਇਹਦਾ ਮਤਲਬ ਹੈ ਆਖਰ ਉਸ ਰਸਤੇ ਤੋਂ ਚੱਲਣਾ ਹੀ ਪੈਣਾ ਜਿਸ ਰਸਤੇ ਤੋਂ ਨਾ ਕਿਉਂਕਿ ਮੈਂ ਇੱਕ ਐਸੇ ਵਿਅਕਤੀ ਨੂੰ ਜਾਣਦਾ ਜਿਹੜਾ ਗੁਜ਼ਰ ਚੁੱਕਿਆ ਹੈ ਭਾਰਤ ਦਾ ਲੀਡਰਸ਼ਿਪ ਬਹੁਤ ਵੱਡਾ ਜਦੋਂ ਦੇਸ਼ ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤਾਂ ਉਹ ਦਿੱਲੀ ਤੋਂ ਗੁਰੂਗામਾ ਆਪਣੇ ਆਫਿਸ ਵੱਲ ਜਾ ਰਹੀ ਸੀ ਰਸਤੇ ਵਿੱਚ ਝੁੱਗੀਆਂ ਪੈਂਦੀ ਸਨ ਗਰੀਬਾਂ ਦੀਆਂ ਔਰ ਉਸ ਨੂੰ ਆਪਣੀ ਕਾਰ ਹੋਲੀ ਕਰਨੀ ਪੈਂਦੀ ਸੀ ਇਹ ਬਕਾਇਦਾ ਅਖਬਾਰ ਦੇ ਵਿੱਚ ਨਿਊਜ਼ ਆਈ ਸੀ ਉਸ ਵਕਤ ਉਸ ਨੂੰ ਆਪਣੀ ਕਾਰ ਹੋਲੀ ਕਰਨੀ ਪੈਂਦੀ ਸੀ ਕਿਉਂਕਿ ਝੁੱਗੀਆਂ ਪੈਂਦੀਆਂ ਸਨ ਰਸਤੇ ਦੇ ਵਿੱਚ ਮੋੜ ਸੀ ਭੀੜਾ ਰਸਤਾ ਸੀ ਔਰ ਉਸ ਨੇ ਉਹ ਝੁੱਗੀਆਂ ਉਡਵਾ ਦਿੱਤੀਆਂ ਗਰੀਬਾਂ ਦੀਆਂ ਖਤਮ ਕਰਵਾ ਦਿੱਤੀਆਂ ਬੋਲਡੋਜ਼ਰ ਚਲਵਾ ਦਿੱਤੇ ਕਿ ਰਸਤਾ ਮੇਰਾ ਖੁੱਲਾ ਕੀਤਾ ਜਾਵੇ ਹੁਕਮ ਕੀ ਮਨਪਾਮ ਦੇ ਮਨਪਾਮ ਦੇ ਹੁਕਮ ਸੰਸਾਰ ਦੇ ਵਿੱਚ ਕੀਤੇ ਲੇਕਿਨ ਉਸ ਨੂੰ ਇਹ ਪਤਾ ਨਹੀਂ ਰਾਹ ਪੀੜੇ ਅੱਗੇ ਜਾਵਣਾ ਜਿਹੜਾ ਅਗਲਾ ਰਾਹ ਹੈ ਉਸ ਨੂੰ ਖੁੱਲਾ ਕਿਸ ਤਰ੍ਹਾਂ ਕਰੇਗਾ ਅਗਲਾ ਜਿਹੜਾ ਰਾਹ ਹੈ ਜਿਸ ਉੱਪਰ ਪੀੜਾ ਵੀ ਹੈ ਜਿਸ ਉੱਪਰ ਹਨੇਰਾ ਵੀ ਹੈ ਤਾਂ ਸਤਗੁਰ ਸਪਸ਼ਟ ਕਰਦੇ ਨੇ ਕਿ ਜੇ ਗੁਰਮਤਿ ਗਿਆਨ ਤੇਰੇ ਪਾਸ ਹੈ ਜੇ ਨਾਮ ਤੇਰੇ ਪਾਸ ਹੈ जय पेंडे अंध गुबारा हरका नाम संग उजारा कोई फिक्र करने लोड़ नहीं मनुख किसी जगह उपर खड़ा हुए? और उस पता है क्योंकि हर मनुख नु पता है आपुरुआत की आज थोड़ी देर बाद शाम पैनी ही पैनी है और थोड़ी देर बाद रात भी हो जानी है हनेरा भी हो जाए हो सकता ठंड बढ़ जाए लेकिन ठंड बढ़ जाए सू कोई फिक्र नहीं है थोड़ी देर बाद बादेरा हो जाना कोई फिक्र नहीं है क्यों हो जाना किम करनी क्यों फिक्र नहीं है क्योंकि साढ़े पास रात का इंतजाम है बत्ती साढ़े पास है रोशनी साढ़े पास है इस करके रात कोई होर नहीं और किनी यो सचुएशन उस वक्त हो जो तो आप किसी जंगल में खड़े और साढ़े पास कुछ भी ना होन बस्तर हो और ना आस पास कोई साधन हो ਬਿਜਲੀ ਦਾ ਗਰਮੀ ਦਾ ਔਰ ਸੋਚ ਸੋਚ ਕੇ ਹੀ ਮਨੁੱਖ ਜਾਂ ਪਾਗਲ ਹੋ ਜਾਏਗਾ ਜਾਂ ਮਰ ਜਾਏਗਾ ਕਿ ਥੋੜੀ ਦੇਰ ਬਾਅਦ ਰਾਤ ਪਜਣੀ ਮੈਂ ਕੀ ਕਰਾਂਗਾ ਪਰ ਹੁਣ ਆਪਾਂ ਬਿਲਕੁਲ ਨਹੀਂ ਸੋਚ ਰਹੇ ਕਿਉਂਕਿ ਸਾਡੇ ਪਾਸ ਸਾਧਨ ਹੈ ਇਸ ਕਰਕੇ ਮੌਤ ਤੋਂ ਉਹ ਨਹੀਂ ਡਰਦਾ ਮਰਨ ਤੋਂ ਨਹੀਂ ਡਰਦਾ ਜਿਸ ਨੇ ਨਾਮ ਦਾ ਸਾਧਨ ਕਰ ਲਿਆ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਕਿਉਂ ਮੇਰੇ ਮਨ ਆਨੰਦ ਹੈ ਕਿਉਂਕਿ ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਕਿ ਮੇਰੀ ਮਾਤ ਬਾਦ ਮੇਰੀ ਮੁਲਾਕਾਤ ਹੈ ਉਸ ਅਕਾਲ ਪੁਰਖ ਦੇ ਨਾਲ ਉਸ ਦੇ ਨਾਲ ਸਮਾ ਜਾਣਾ ਹੈ ਮੇਰੇ ਪਾਸ ਅੰਦਗੁਬਾਰ ਰਸਤੇ ਉਪਰ ਚੱਲਣ ਦੇ ਲਈ ਵਾਹਿਗੁਰੂ ਦਾ ਨਾਮ ਹੈ ਜੈ ਪੰਡੇ ਮਾ ਅੰਦਗੁਬਾਰਾ ਹਰ ਕਾ ਨਾਮ ਸੰਗ ਉਜਾਰਾ ਮੇਰੇ ਪਾਸ ਵਾਹਿਗੁਰੂ ਦਾ ਨਾਮ ਹੈ ਜਿਹੜਾ ਮੇਰੇ ਸਾਥ ਚੱਲੇਗਾ ਉਜਾਲਾ ਬਣ ਕੇ ਚੱਲੇਗਾ ਜਿਵੇਂ ਆਮ ਜ਼ਿੰਦਗੀ ਦੇ ਵਿੱਚ ਹੁਣੇ ਥੋੜੀ ਦੇਰ ਬਾਅਦ ਰਾਤ ਪੈਣੀ ਹੈ ਸਨ ਕੋਈ ਫਿਕਰ ਨਹੀਂ ਕਿਉਂਕਿ ਅਸੀਂ ਰਾਤ ਦੇ ਉਜਾਲੇ ਦਾ ਇੰਤਜ਼ਾਮ ਕੀਤਾ ਹੋਇਆ ਹੈ ਇਸ ਤਰ੍ਹਾਂ ਹੀ ਜਿਸ ਮਨੁੱਖ ਨੇ ਵਾਹਿਗੁਰੂ ਦਾ ਨਾਮ ਜਪ ਕੇ ਇੰਤਜ਼ਾਮ ਕਰ ਲਿਆ ਆਪਣੇ ਤੋਂ ਬਾਅਦ ਦਾ ਉਸ ਨੂੰ ਕੋਈ ਫਿਕਰ ਨਹੀਂ ਫਿਕਰ ਕਰੇ ਵੀ ਕਿਉਂ ਜਦ ਨਾਮ ਦੀ ਲੋਸ਼ਨੀ ਨਾਲ ਹੈ ਤਾਂ ਫਿਰ ਕਾਦਾ ਫਿਕਰ ਫਿਰ ਕਾਦਾ ਡਰ ਐਸਾ ਮਨੁੱਖ ਫਿਰ ਭਗਤ ਹੈ ਔਰ ਐਸਾ ਭਗਤ ਫਿਰ ਸਮਝਦਾ ਹੈ ਉਹ ਰਸਤੇ ਨੂੰ ਆਣ ਦੇ ਵੀ ਔਰ ਜਾਣ ਦੇ ਵੀ ਔਰ ਬਾਦਸ਼ਾਹ ਕਹਿੰਦੇ ਨੇ ਐਸਾ ਮਨੁੱਖ ਭਗਤ ਹੈ ਭਗਤ ਸੋਹੀ ਦਰਬਾਰ ਸਬਦ ਸੁਆਇ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਇ ਨਾਮ ਧਿਆਏ ਗੁਰ ਕੇ ਸ਼ਬਦ ਵਿਕਾਣੀ 파ਰਸ ਪਰਸੀਏ 파ਰਸੋਏ ਜਾ ਤੇਰੇ ਮਨ ਪਾਣੀ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਿਨ تیر ਸਾਚੇ ਸਾਚੇ ਕੇ ਵਪਾਰੀ ਤੇਰੇ ਭਗਤ ਸੱਚ ਦੇ ਵਪਾਰੀ ਨੇ ਔਰ ਸਤਗੁਰਾਂ ਨੇ ਇਥੇ ਇੱਕ ਪੱਥਰ ਦਾ ਜ਼ਿਕਰ ਕੀਤਾ ਜਿਸ ਨੂੰ 파ਰਸ ਕਿਹਾ ਜਾਂਦਾ ਹੈ ਮ ਇਤਿਹਾਸਿਕ ਪੱਥਰ ਹੈ ਇਸ ਤਰ੍ਹਾਂ ਦਾ ਕੋਈ ਪੱਥਰ ਨਹੀਂ ਹੁੰਦਾ फिर खेव करनी पातशाह कहते पारस परसी पारस हो पारस मिलकर सोना होया जाता पारस मिलकर पारस नहीं कोई हो सकता पारस के कोल कु शक्ति तो है कि वह लोहे में सोना बना सद पर कोई पारस अपने वर्गा पारस नहीं बना सकता हूँ सतगुर ने इतने पारस शब्द और जो मिथिहासिक पत्थर है उसका क्यों वर्त्या है क्योंकि इतने पारस का मतलब वो पत्थर नहीं है इतने पारस का मतलब वह है जिसके पास समर्था है ਸਮਰੱਥਤਾ ਸੋਨਾ ਬਣਾਉਣ ਦੀ ਨਹੀਂ ਸਮਰੱਥਤਾ ਆਪਣੇ ਵਰਗਾ ਬਣਾਉਣ ਦੀ ਇਹ ਸਮਰੱਥਤਾ ਕੇਵਲ ਗੁਰੂ ਦੇ ਕੋਲ ਹੈ ਔਰ ਗੁਰੂ ਨੇ ਸਾਨੂੰ ਆਪਣੇ ਵਰਗਾ ਬਣਵਾਇਆ ਆਪਣਾ ਰੂਪ ਦਿੱਤਾ ਆਪਣਾ ਸਿਧਾਂਤ ਦਿੱਤਾ ਆਪਣੀ ਰੰਗਤ ਦਿੱਤੀ ਇਹ ਵੱਖਰੀ ਗੱਲ ਹੈ ਕਿ ਅਸੀਂ ਗੁਰੂ ਦਾ ਰੂਪ ਕਾਇਮ ਰੱਖ ਸਕੀਏ ਜਾਂ ਨਾ ਰੱਖ ਸਕੀਏ ਔਰ ਬਹਾਨੇ ਬਣਾਉਂਦੇ ਫਿਰੀਏ ਜੀ ਸੇਕਰੀਟੀਟੀ ਹੋਣੀ ਚਾਹੀਦੀ ਹੈ ਜਾਂ ਗੁਰੂ ਦੀ ਅਜ ਬਖਸ਼ਿਸ਼ ਹੀ ਨਹੀਂ ਹੋਈ ਤਾਂ ਸਤਗੁਰੂ ਨੇ ਉਸ ਇਤਿਹਾਸਿਕ ਪੱਥਰ ਦਾ ਜ਼ਿਕਰ ਹੀ ਤਾਂ ਕੀਤਾ ਹੈ ਕਿ ਪਤਾ ਲੱਗ ਜਵੀ ਕਿਉਂਕਿ ਭਾਗਤ ਜਿਹੜੇ ਤੇਰੇ ਮਨ ਨੂੰ ਪਿਆਰੇ ਲੱਗਦੇ ਨੇ ਉਹ ਗੁਰੂ ਪਰਸ ਨੂੰ ਛੋ ਕੇ ਖੁਦ ਪਰਸ ਹੀ ਹੋ ਜਾਂਦੇ ਨੇ ਭਾਵ ਖੁਦ ਗੁਰੂ ਵਰਗੇ ਹੋ ਜਾਂਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਿਉਂਕਿ ਉਹ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਣ ਦੀ ਭਾਵਨਾ ਦੇ ਨਾਲ ਸੰਸਾਰ ਵਿੱਚ ਵਿਤਰਦੇ ਨੇ ਇਸ ਕਰਕੇ ਹੋਰਨਾਂ ਨੂੰ ਵੀ ਪਵਿੱਤਰ ਕਰ ਦਿੰਦੇ ਨੇ ਇਸ ਕਰਕੇ ਇੱਥੇ ਪਰਸ ਦਾ ਮਤਲਬ ਉਸ ਪੱਥਰ ਤੋਂ ਨਹੀਂ ਲੈਣਾ ਇੱਥੇ ਸ਼ੁੱਧਤਾ ਤੋਂ ਉਹ ਚੋ ਤੋ ਜਿਹੜੀ ਗੁਰੂ ਨੇ ਛੋਹ ਸਾਨੂੰ ਦਿੱਤੀ ਹੈ ਔਰ ਉਸ ਗੁਰੂ ਦੀ ਛੋਹ ਤੋਂ ਗੁਰੂ ਦਾ ਸਿਧਾਂਤ ਬਣਾ ਕੇ ਅਸੀਂ ਗੁਰ ਵਰਗੇ ਹੋ ਗਏ ਅਨਿਥਾ ਪਾਰਸ ਦੇ ਕੋਲ ਤੇ ਨਹੀਂ ਸ਼ਕਤੀ ਨਹੀਂ ਹੈ ਕਿਉਂਕਿ ਕਿਸ ਨੂੰ ਪਾਰਸ ਬਣਾ ਸਕੇ ਹਾਂ ਪਾਰਸ ਲੋਹੇ ਨੂੰ ਸੋਨਾ ਹੋ ਸਕਦਾ ਬਣਾ ਸਕਦਾ ਹੋਏ ਇਤਿਹਾਸਿਕ ਪੱਥਰੇ ਪਰਸਦ ਨੂੰ ਜ਼ਿਕਰ ਕਰਕੇ ਗੱਲ ਜਿਹੜੀ ਸਮਝਾਈ ਹੋਇਆ ਕਿ ਗੁਰੂ ਦੀ ਛੋਹ ਪ੍ਰਾਪਤ ਗੁਰ ਵਰਗ ਹੀ ਹੋ ਜਾਂਦਾ ਜਿਹੜੇ ਬੰਦੇ ਆਪਾ ਪਾਪ ਦੂਰ ਕਰਦੇ ਨੇ ਉਹਨਾਂ ਨੂੰ ਆਤਮਿਕ ਦਰਜਾ ਮਿਲ ਜਾਂਦਾ ਜਿੱਥੇ ਆਤਮਿਕ ਮੌਤ ਅਸਰ ਨਹੀਂ ਕਰ ਸਕਦੀ ਅਜੇ ਹ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੇ ਦਿੱਤੇ ਗਿਆਨ ਉੱਪਰ ਵਿਚਾਰ ਕਰਦਾ ਔਰ ਪਾਤਸ਼ਾਹ ਕੰਨ ਅਕਾਲਪੁਰਖ ਦੀ ਪਕਤੀ ਕਰਨ ਵਾਲੇ ਬੰਦੇ ਸਦਾ ਫਿਰ ਪ੍ਰਭੂ ਦੇ ਦਰ ਉੱਪਰ ਸੋਭਦੇ ਨੇ ਫਿਰ ਅਮਰ ਆਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੇ ਔਰ ਅਮਰ ਆਪਦ ਪਾ ਜਾਂਦੇ ਨੇ ਅਮਰ ਆਪਦ ਪਾ ਕੇ ਉਹ ਆਪਣਾ ਆਪਾ ਪੁਲਾਤਿੰਦੇ ਨੇ ਭੂਖ ਪਿਆਸੋ ਆਤ ਕੋ ਦਰ ਜੈਸਾ ਜੀਓ ਸਤਗੁਰੂ ਪੂਛੋ ਜਾਈ ਨਾਮ ਤੇ ਆਇਸਾ ਜੀਉ ਸੱਚ ਨਾਮ ਤੇ ਆਈ ਸਾਚ ਜਵਾਈ ਗੁਰਮੁਖ ਸੱਚ ਪਛਾਣਾ ਦੀਨਾ ਨਾਤ ਦਿਆਲ ਨਰੰჯਨ ਅੰਤ ਨਾਮ ਵਖਾਣਾ ਕਰਨੀ ਕਾਰ ਤੁਰੋ ਫਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਆਖਰੀ ਮੁਬਾਰਕ ਪੰਕਤੀਆਂ ਦੇ ਵਿੱਚ ਸਤਗੁਰ ਜੀ ਕਹਿੰਦੇ ਨੇ ਕਿ ਜਦੋਂ ਤੱਕ ਮਾਇਆ ਦੇ ਵਿੱਚ ਭੁੱਖਾ ਪਿਆਸਾ ਸੀ ਮੈਂ ਉਦੋਂ ਤੱਕ ਪ੍ਰਭੂ ਦੇ ਦਰ ਤੱਕ ਨਹੀਂ ਸੀ ਪਹੁੰਚ ਸਕਿਆ ਗੁਰੂ ਤੋਂ ਨਾਮ ਲਿਆ ਔਰ ਅਕਾਲਪੁਰਖ ਦੇ ਨਾਮ ਨੂੰ ਸਿਮਰਨ ਦੇ ਨਾਲ ਆਤਮਾ ਤ੍ਰਿਪਤ ਹੋ ਗਈ ਰਜ ਗਈ ਕਿਉਂ ਰਜ ਗਈ ਕਿਉਂਕਿ ਭੁੱਖ ਪਿਆਸ ਉਹ ਜਿਹੜੀ ਸੀ ਮਾਇਕ ਉਹ ਰਹੀ ਨਹੀਂ ਗੁਰੂ ਦੇ ਚਰਨ ਪੈ ਕੇ ਨਾਮ ਨੂੰ ਸਿਮਰਿਆ ਸਦਾ ਸਿਰ ਪ੍ਰਭੂ ਦੇ ਨਾਲ ਸਾਝ ਪੈ ਗਈ ਮੂੰਹੋਂ ਨਾਮ ਨਿਕਲਿਆ ਅਕਾਲਪੁਰਖ ਦੇ ਨਾਮ ਤੋਂ ਬਿਨਾ ਕੋਈ ਹੋਰ ਸਹਾਰਾ ਲੱਭਾ ਨਹੀਂ ਨਾ ਹੀ ਲੱਭਣ ਦੀ ਲੋੜ ਪਈ ਦਿਆਦ ਸੋਮਾ माया ਦੇ ਪ੍ਰਭਾਵ ਤੋਂ ਰਹਿਤ ਕਰ ਗਿਆ ਅਕਾਲ ਪੁਰਖ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਨਾਮ ਸਿਮਰਨ ਦੀ ਕਰਨ ਜੋਗ ਕਾਰ ਦੇ ਦਿੱਤੀ ਉਸ ਨੇ ਹੁਕਮ ਪਹਿਚਾਣਿਆ ਗੁਰੂ ਦਾ ਔਰ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਗਿਆ ਸਤਗੁਰੂ ਨਾਨਕ ਕਹਿੰਦੇ ਨੇ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿੱਠਾ ਲੱਗ ਪਿਆ ਮਿੱਠਾ ਲੱਗਿਆ ਸ੍ਰੇਸ਼ਟ ਲੱਗਿਆ ਉਸ ਨੇ ਸਿਮਰਨ ਦੀ ਬਰਕਤ ਦੇ ਨਾਲ ਮਾਇਆ ਦੀ ਤ੍ਰਿਸ਼ਨਾ ਆਪਣੇ ਅੰਦਰੋਂ ਦੂਰ ਕਰ ਲਈ ਧੰਨਵਾਦ ਜੀ ਹੋਰ